ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਬਠਿੰਡੇ ਦੇ ਮਸ਼ਹੂਰ ਢਾਬੇ ਅਮਰੀਕ ਢਾਬੇ ਤੇ। ਅਮਰੀਕ ਢਾਬਾ ਪਿਛਲੇ 40 ਸਾਲਾਂ ਤੋਂ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਇੱਥੇ ਦਾ ਖਾਣਾ ਬੇਹੱਦ ਸਵਾਦਿਸ਼ਟ ਹੈ, ਲੋਕ ਦੂਰੋਂ ਦੂਰੋਂ ਇੱਥੋਂ ਦਾ ਖਾਣਾ ਖਾਣ ਆਉਂਦੇ ਨੇ। ਕਰੋਨਾ ਗਾਈਡਲਾਈਨਸ ਦੇ ਮੁਤਾਬਿਕ ਇੱਥੇ ਟੇਕਅਵੇ ਦੀ ਫੈਸਿਲਿਟੀ ਵੀ ਉਪਲਬਧ ਹੈ ਔਰ ਇਸ ਢਾਬੇ ਤੋਂ ਹੋਮ ਡਿਲੀਵਰੀ ਵੀ ਕੀਤੀ ਜਾ ਰਹੀ ਹੈ। ਅਗਰ ਤੁਸੀਂ ਵੀ ਬੇਹੱਦ ਸਵਾਦਿਸ਼ਟ ਖਾਣੇ ਦਾ ਸਵਾਦ ਚੱਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਅਮਰੀਕ ਢਾਬਾ ਜ਼ਰੂਰ ਵਿਜ਼ਿਟ ਕਰੋ। ਸਾਡੀ ਟੀਮ ਨੇ ਇੱਥੋਂ ਦੇ ਮਾਲਕ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਅਮਰੀਕ ਢਾਬੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਅਸੀਂ ਵੈਸੇ ਤਾਂ ਰੂਟੀਨ ਦੇ ਵਿੱਚ ਮਤਲਬ ਹੋਮ ਡਿਲੀਵਰੀ ਕਰਵਾ ਲੈਂਦੇ ਹਾਂ। ਅੱਜ ਵੈਸੇ ਹੀ ਬੈਠੇ ਬੈਠੇ ਘਰ ਬੈਠੇ ਬੈਠੇ ਬੋਰ ਹੋ ਰਹੇ ਸੀ, ਚਲੋ ਸੋਚਿਆ ਵੀ ਗੇੜਾ ਕੱਢਿਆ ਆਈਏ। ਦੇਖ ਕੇ ਆ ਕੇ ਦੇਖਿਆ ਵੀ ਪੂਰਾ ਇਹਨਾਂ ਦਾ ਮਤਲਬ ਸਿਸਟਮ ਅੱਛਾ ਲੱਗਿਆ, ਦੇਖ ਕੇ ਮਨ ਨੂੰ ਖੁਸ਼ੀ ਹੋਈ ਵੀ ਸੋਚਦੇ ਵੀ ਜਿਵੇਂ ਮਤਲਬ ਕਰੋਨਾ ਦਾ ਟਾਈਮ ਚੱਲਦੇ ਆ ਉਸ ਦਰਮਿਆਨ ਵੀ ਜਿਵੇਂ ਗੌਰਮੈਂਟ ਦੀਆਂ ਹਦਾਇਤਾਂ ਡੀ ਸੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਿਕ ਮਾਸਕ ਵਗੈਰਾ ਪਾਏ ਹੋਏ ਆ, ਮਤਲਬ ਪ੍ਰੋਪਰ ਡਿਸਟੈਂਸ ਸੋਸ਼ਲ ਡਿਸਟੈਂਸ ਮਤਲਬ ਸਰਕਾਰ ਆ ਗਿਆ ਸਾਰਾ ਵੀ ਮਤਲਬ ਦੇਖ ਕੇ ਅੱਛਾ ਲੱਗਿਆ। ਟੇਕਵੇ ਲੈ ਕੇ ਜਾ ਰਹੇ ਹੋ ਫਿਰ ਤੁਸੀਂ? ਹਾਂ ਹਾਂ, ਅਤੇ ਮਤਲਬ ਦੇਖ ਕੇ ਖੁਸ਼ੀ ਹੋਈ ਵੀ ਚਲੋ ਅਸੀਂ ਜਿੱਥੋਂ ਸਮਾਨ ਲੈ ਰਹੇ ਹਾਂ ਉੱਥੇ ਸਾਫ਼ ਸਫਾਈ ਹੈਗੀ ਆ, ਸੋਸ਼ਲ ਡਿਸਟੈਂਸ ਹੈਗਾ, ਸਭ ਕੁਝ ਮਤਲਬ ਓਕੇ ਹੈ, ਮਨ ਨੂੰ ਖੁਸ਼ੀ ਹੋਈ। ਮਤਲਬ ਤੁਸੀਂ ਅਮਰੀਕ ਢਾਬੇ ਦੇ ਕਿੰਨੀ ਕੁ ਦੇਰ ਤੋਂ ਮਤਲਬ ਅਟੈਚ ਆ? ਅਟੈਚ ਤਾਂ ਜੀ ਦੇਖੋ ਜਦੋਂ ਬਹੁ ਜੀ ਸੀਗੇ, ਜਦੋਂ ਸਰਦਾਰ ਜੀ ਆਪ ਸੀਗੇ, ਅਸਾਂ ਮਤਲਬ ਮੈਂ ਛੋਟਾ ਜਿਹਾ ਹੁੰਦਾ ਸੀ, ਉਦੋਂ ਪਰੌਂਠੇ ਮਤਲਬ ਮਸ਼ਹੂਰ ਹੈ ਅਮਰੀਕ ਜੀ ਪਰੌਂਠੇ ਵਾਲੇ, ਅਤੇ ਉਹ ਤੋਂ ਪਰੌਂਠੇ ਖਾਣ ਦੀ ਸ਼ੌਕੀਨ ਹੈ। ਮਤਲਬ ਦੇਖੋ ਪੇਟ ਦੇ ਦੇਖ ਕੇ ਵੀ ਮਤਲਬ ਆਪਦਾ ਲੱਗਦਾ ਵੀ ਮਤਲਬ ਪੇਟ ਵੱਧ ਜੂਗਾ, ਪਰ ਫਿਰ ਵੀ ਮਤਲਬ ਪਰੌਂਠਿਆਂ ਦੀ ਕੁਆਲਿਟੀ ਇੰਨੀ ਵਧੀਆ ਹੈ, ਸਵਾਦ ਹੈ, ਮਤਲਬ ਸਵਾਦ ਤੋਂ ਰਿਹਾ ਨਹੀਂ ਜਾਂਦਾ। ਅਤੇ ਪਿਓਰ ਵੈਜ, ਪਿਓਰ ਵੈਜ ਹੋਣ ਦੇ ਕਾਰਨ ਹੋਰ ਥੋੜ੍ਹਾ ਜਿਹਾ ਸੋਨੇ ਦੀ ਸੁਹਾਗੇ ਵਾਲੀ ਗੱਲ? ਹਾਂਜੀ ਹਾਂਜੀ ਬਿਲਕੁਲ ਜੀ, ਮਤਲਬ ਐਂ ਹੁੰਦਾ ਵੀ ਜਿਹੜੇ ਨੋਨ ਵੈਜ ਹੈ ਉਹ ਤਾਂ ਰਾਤ ਨੂੰ ਖਾ ਪੀ ਕੇ ਉਹਦਾ ਗੁਜ਼ਾਰਾ ਕਰ ਲੈਂਦੇ ਆ, ਮਤਲਬ ਆਪਦਾ ਮਤਲਬ ਟੇਸਟ ਪੂਰਾ ਕਰ ਲੈਂਦੇ, ਐਸਾ ਤਾਂ ਪਰੌਂਠਿਆਂ ਜੋ ਕੀ ਹੈ। ਅਤੇ ਪਰੌਂਠੇ ਫਿਰ ਵੀ ਮਤਲਬ ਐਂ ਦਿਲ ਤਾਂ ਕਰਦਾ ਡੇਲੀ ਖਾਈਏ, ਪਰ ਫਿਰ ਵੀ ਆਪਦਾ ਮਨ ਮਾਰ ਕੇ ਹਫ਼ਤੇ 10 ਦਿਨਾਂ ਬਾਅਦ ਇੱਕ ਦਿਨ ਖਾ ਲੈਂਦੇ ਹਾਂ ਅਤੇ ਆਪਦਾ ਟੇਸਟ ਪੂਰਾ ਕਰ ਲੈਂਦੇ ਹਾਂ। ਅਤੇ ਕੁਆਲਿਟੀ ਮਤਲਬ ਸਾਨੂੰ ਮਤਲਬ ਉਸ ਟਾਈਮ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਸਵਾਦ ਸੀਗਾ, ਉਹ ਅੱਜ ਵੀ ਉਹੀ ਸਵਾਦ ਸਾਨੂੰ ਆ ਰਿਹਾ ਖਾਣ। ਔਰ ਕਿਤਨੀ ਲੇਬਰ ਬੜੀ ਹੈ ਆਪਕੀ? ਅਬ ਆਪਕੋ ਥੋੜਾ ਸਾ ਕਾਮ ਵੀ ਜ਼ਿਆਦਾ ਕਰਨਾ ਪੜ ਰਿਹਾ ਹੈ ਔਰ ਕੁਆਲਿਟੀ ਮੇਂ ਵੀ ਜ਼ਿਆਦਾ ਜਾਨ ਡਾਲਨੀ ਪੜ ਰਹੀ ਹੈ। ਔਰ ਟੇਕ ਅਵੇ ਮੇਂ ਮਤਲਬ ਅਮਰੀਕ ਢਾਬੇ ਕਾ ਜੋ ਟੇਸਟ ਹੈ ਵਹੀ ਜੈਸਾ ਜੋ ਪਹਿਲੇ ਚੱਲਦਾ ਥਾ ਵਹੀ ਹੈ। ਔਰ ਜੈਸੇ ਆਪ ਲੋਕ ਰੋਜ਼ ਰੈਪਸੀ ਮੇਂ ਕੋਈ ਨਾ ਕੋਈ ਨਈ ਚੀਜ਼ ਡਾਲ ਦੇਤੇ ਹੈ, ਕੋਈ ਨਾ ਕੋਈ ਚੀਜ਼ ਨਈ ਉਸਮੇਂ ਇੰਟੈਂਗਲ ਕਰਤੇ ਰਹਤੇ ਹੈ ਕਿ ਟੇਸਟ ਹਰ ਵਾਰ ਬੰਦੇ ਕੋ ਔਰ ਮਜ਼ੇਦਾਰ ਬਣ, ਰੋਜ਼ ਬਦਲ ਬਦਲ ਕੇ ਬਣਾਤੇ ਰਹਤੇ ਹੈ। ਅੱਜ ਅਮਰੀਕ ਢਾਬੇ ਤੇ ਖੜੇ ਹੋ ਔਰ ਉਹ ਇਨਸਾਨ ਦੀ ਸਾਰੀ ਜ਼ਿੰਦਗੀ ਜਿਹੜਾ ਹੈਗਾ ਅਮਰੀਕ ਸਿੰਘ ਜੀ ਨੇ ਇਸ ਇਲਾਕੇ ਨੂੰ ਆਪਣੇ ਦਿੱਤੀ, ਦੁਨੀਆਂ 'ਚ ਨਹੀਂ ਰਹੇ, ਲੇਕਿਨ ਉਹਨਾਂ ਤੋਂ ਬਾਅਦ ਚੀਜ਼ ਜਿਹੜਾ ਹੈਗਾ ਉਹਨਾਂ ਦੀਆਂ ਪਾਈਆਂ ਪੂਰੀਆਂ ਦੇ ਚੱਲ ਕੇ ਬੇਟੇ ਵੀ ਜਿਹੜੇ ਹੈਗੇ ਆ ਉਹੀ ਟੇਸਟ ਉਹੀ ਪਰੌਂਠੇ, ਜਿੱਦਾਂ ਪੰਜ ਨਾਲ ਰਹਿਤ ਵਗੈਰਾ ਦੀ ਗੱਲ ਕੀਤੀ, ਤੁਸੀਂ ਟੇਕਵੇ ਲੈਣ ਆਏ ਹੋਏ ਹੋ, ਕੀ ਕਹਿਣਾ ਚਾਹੁੰਦੇ? ਕਹਿਣਾ ਚਾਹੁੰਦੇ ਤਾਂ ਬਹੁਤ ਕੁਛ ਹੈ, ਕਿਉਂਕਿ ਜੋ ਕੁਛ ਵੀ ਇਹਨਾਂ ਦਾ ਸਭ ਬੈਠ ਨੰਬਰ ਵਨ। ਔਰ ਮਤਲਬ ਇਹ ਮੰਨ ਲਓ ਕਿ ਇਹਨਾਂ ਦਾ ਭਾਈਚਾਰਾ ਸੁਣਿਆ ਪਹਿਲਾਂ ਗਿਆ ਸੀ, ਪਰੌਂਠੇ ਬਹੁਤ ਅੱਛੇ ਨੇ, ਪਰੌਂਠੇ ਦੇ ਨਾਲ ਜੇ ਕੋਈ ਰਾਇਤਾ ਲੈ ਤਾਂ ਉਹਦਾ ਟੇਸਟ ਹੋਰ ਵੀ ਲਈ ਹੋਇਆ। ਬਹੁਤ ਲੰਬੇ ਸਮੇਂ ਸੇ ਦੇ ਰਹੇ ਹੈ ਆਪਣੇ ਆਪਣੇ ਇਨਕੇ ਪਾਪਾ ਕੇ ਸਾਥ ਵੀ ਕੰਮ ਕੀਆ ਹੈ ਔਰ ਬੱਚੋਂ ਕੇ ਸਾਥ ਵੀ ਕੰਮ ਕਰ ਰਹੇ ਹੋ, ਇਨਕੇ ਕਿਆ ਕਹਿਣਾ ਚਾਹੀਏ? ਬਹੁਤ ਵਧੀਆ ਜੀ, ਇੰਨਾ ਟਾਈਮ ਕੱਢ ਗਏ ਅੱਛਾ ਲੱਗ ਰਿਹਾ, ਵਧੀਆ ਕੰਮ ਕਰ ਰਹੇ ਹੈ। ਕਿਤਨੀ ਦੇਰ ਸੇ ਆਪ ਲੋਕ ਇਹੋ ਜਿਹਾ? ਸਰ ਮੁਝੇ ਤਾਂ 20 ਸਾਲ ਹੋ ਗਏ ਹੈ। ਮਤਲਬ ਕੋਵਿਡ ਮੇਂ ਵੀ ਇਹਨਾਂ ਨੇ ਆਪ ਲੋਕੋਂ ਕੀ ਤਨਖਾਹ ਕਾ ਕੋਈ ਔਰ ਨਹੀਂ ਕੀਆ? ਨਹੀਂ ਬਿਲਕੁਲ ਨਹੀਂ, ਹਮ ਪਹਿਲੇ ਜੈਸੀ ਸਰਵਿਸ ਦੇ ਰਹੇ ਥੇ ਵੈਸੇ ਆਜ ਵੀ ਹੈ, ਹਮਾਰਾ ਸਾਰੇ ਸਿਸਟਮ ਸੇਮ ਹੀ। ਔਰ ਪਿਕ ਐਂਡ ਡ੍ਰੌਪ ਅੱਜ ਕੱਲ੍ਹ ਤੋਂ ਮਤਲਬ ਜ਼ਿਆਦਾ ਔਨਲਾਈਨ ਹੀ ਚੱਲ ਰਿਹਾ ਹੈ? ਔਨਲਾਈਨ ਹੈ ਔਰ ਆਫਲਾਈਨ ਹੈ ਥੋੜ੍ਹਾ। ਫਿਰ ਜੀ ਅਮਰੀਕ ਢਾਬਾ ਜਿਹੜਾ ਕਿ ਉਸ ਮਹਾਨ ਇਨਸਾਨ ਦੀ ਇੱਕ ਸੇਵਾ ਜਿਹਨੇ ਬਹੁਤ ਛੋਟੇ ਲੈਵਲ ਤੋਂ ਆਪਣਾ ਕੰਮ ਸ਼ੁਰੂ ਕੀਤਾ ਔਰ ਅੱਜ ਤੁਸੀਂ ਬ੍ਰਾਂਡ ਬਣ ਕੇ ਅਗਰ ਆਪਾਂ ਬੀਬੀ ਵਾਲਾ ਰੋਡ ਦੇ ਜਸ ਜਗ੍ਹਾ 'ਤੇ ਬੈਠੇ ਹੋਏ ਹਾਂ ਜਿਹੜਾ ਕਿ ਬਹੁਤ ਬੈਸਟ ਤਰੀਕੇ ਨਾਲ ਤੁਸੀਂ ਔਰਗਨਾਈਜ਼ ਕਰਕੇ ਬਣਾਇਆ ਹੋਇਆ ਔਰ ਉਹਦੇ ਨਾਲ ਨਾਲ ਆਉਣ ਵਾਲੇ ਸਮੇਂ ਦੇ ਜਿੱਦਾਂ ਕਿੱਟੀ ਪਾਰਟੀਜ਼ ਵੀ ਅਤੇ ਹੋਰ ਵੀ ਜਿਹੜਾ ਹੈਗਾ ਇਹਦੇ ਉੱਤੇ ਹਾਲ ਵਗੈਰਾ ਜਿਹੜੇ ਬਣ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਉਸ ਇਨਸਾਨ ਨੇ ਜਿਹਨੇ ਸਾਰੀ ਜ਼ਿੰਦਗੀ ਸਿੰਪਲਸਿਟੀ ਨਾਲ ਕੱਟੀ ਔਰ ਲੋਕਾਂ ਨੂੰ ਵਧੀਆ ਚੀਜ਼ ਜਿਹੜੀ ਮੁਹੱਈਆ ਕਰਾਈ ਔਰ ਤੁਹਾਨੂੰ ਹਮੇਸ਼ਾ ਇਹ ਕਿਹਾ ਵੀ ਸ਼ੁੱਧਤਾ ਜਿਹੜੀ ਹੈ ਸ਼ੁੱਧਤਾ, ਅਗਰ ਤੁਸੀਂ ਵੈਸ਼ਨੂ ਹੋ ਤਾਂ ਵੈਸ਼ਨੂ ਹੋ, ਇਹਦਾ ਮਤਲਬ ਇਹ ਨਹੀਂ ਹੈ ਵੀ ਕਿਸੇ ਵੀ ਸਮੇਂ ਦੇ ਉੱਤੇ ਕਮਜ਼ੋਰ ਹੋ ਜਾਓ। ਉਸ ਪਿਤਾ ਦੀ ਜਿਹੜੀ ਬਣਾਈ ਹੋਈ ਇਹ ਫਲਵਾੜੀ ਆ, ਕੀ ਕਹਿਣਾ ਚਾਹੋਗੇ? ਦੇਖੋ ਵੀ ਜੀ, ਜੋ ਸਾਡੇ ਬਾਬਾ ਜੀ ਨੇ ਇੱਕ ਮਿਹਨਤ ਕਰਕੇ ਇੱਕ ਸਾਨੂੰ ਜਿਹੜੀ ਇੱਕ ਭੂਮਿਕਾ ਜਗ੍ਹਾ ਸਾਨੂੰ ਖੜ੍ਹਾ ਕੀਤਾ, ਇੱਕ ਸਟੈਂਡ ਕੀਤਾ, ਉਹ ਅੱਜ ਅਸੀਂ ਉਹਨੇ ਬੋਲਣ ਚੱਲ ਦਿੰਦੇ ਹਾਂ। ਉਹ ਜੋ ਇੱਕ ਸਮਾਂ ਸੀਗਾ ਕਿ ਸਾਡੇ ਇੱਕ ਬਹੁਤ ਹੀ ਜਾਣੀ ਕਿ ਪੁਰਾਣੇ ਜਿਹੇ ਤਰੀਕੇ ਨਾਲ ਢਾਬਾ ਬਣਿਆ ਸੀਗਾ,
ਕੋਈ ਐਂਡ ਤੇ ਸੀਗਾ ਅੱਜ ਕਮੀ ਨਹੀਂ ਵਾਹਿਗੁਰੂ ਜੀ ਜੋ ਪੈਗੀ ਕੁਛ ਹੈ ਚਲੋ ਔਰ ਉਹੀ ਇਤਫਾਕ ਚੱਲਦਾ ਰਹੂਗਾ ਜਿੱਦਾਂ ਉਹਨਾਂ ਦੇ ਮਾਇੰਡ ਸੀਗਾ ਵੀ ਇਹ ਭਰਾ ਜਿਹੜੇ ਇਕੱਠੇ ਰਹਿਣ ਤੁਹਾਡੇ ਦੋਵੇਂ ਭਰਾਵਾਂ ਦਾ ਜਿਹੜਾ ਪਿਆਰ ਹੈਗਾ ਉਹਨਾਂ ਨੂੰ ਇਹ ਸੀਗਾ ਕਿ ਇਹ ਦੋਨੇ ਇਕੱਠੇ ਰਹਿਣ ਔਰ ਇਕੱਠੇ ਰਹਿ ਕੇ ਤੁਸੀਂ ਅੱਜ ਵੀ ਉਹੀ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਬੜੀ ਕਿਰਪਾ ਜੀ ਬਹੁਤ ਵਧੀਆ ਸਾਰੀਆਂ ਇਕੱਠੀਆਂ ਸੀ ਸਾਰੀਆਂ ਵਧੀਆ ਕਰ ਮਿਲ ਕੇ ਸਾਰੇ ਕੰਮ ਕਰ ਰਿਹਾ ਬਹੁਤ ਵਧੀਆ ਜੀ ਔਰ ਟੇਕ ਅਵੇ ਦਾ ਜ਼ਮਾਨਾ ਹੈਗਾ ਔਰ ਟੇਕ ਅਵੇ ਆਫਲਾਈਨ ਔਨਲਾਈਨ ਵੀ ਤੁਸੀਂ ਥੋੜ੍ਹਾ ਜਿਹਾ ਜਿਹੜੇ ਹੈਗੇ ਸਮਾਵਾਂ ਇੱਥੇ ਦੇ ਰਿਹਾ ਦੋਨੇ ਢਾਬਿਆਂ ਦੇ ਵਿੱਚ ਹਰ ਤਰ੍ਹਾਂ ਦਾ ਕੇਵਲ ਇਹ ਹੀ ਨਹੀਂ ਹੈ ਇਕੱਲਾ ਖਾਣਾ ਹੀ ਨਹੀਂ ਉਹਦੇ ਨਾਲ ਨਾਲ ਕੋਈ ਵੀ ਚੀਜ਼ ਦਾ ਬੰਦਾ ਔਡਰ ਦਿੰਦਾ ਤਾਂ ਉਹ ਵੀ ਰੈਡੀ ਕਰਵਾ ਦਿੰਦੇ ਹਾਂਜੀ ਹੁਣ ਜਿਸ ਤਰ੍ਹਾਂ ਜਿਵੇਂ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਹੈਗੀਆਂ ਹੁਣ ਟੇਕ ਅਵੇ ਤਾਂ ਟੇਕ ਅਵੇ ਹੀ ਚੱਲੂਗਾ ਜਾਂ ਉਹ ਆਪਣਾ ਆਫਲਾਈਨ ਔਨਲਾਈਨ ਜੋਮੈਟੋ ਸਵੀਗੀ ਔਰ ਸਿਟਿੰਗ ਦਾ ਅਰੇਂਜਮੈਂਟ ਸਾਨੂੰ ਹੈਗਾ ਆਪਾਂ ਹੁਣ ਇਸ ਤਰ੍ਹਾਂ ਜਿਸ ਤਰ੍ਹਾਂ ਹਦਾਇਤਾਂ ਹੈਗੀਆਂ ਸਰਕਾਰ ਦੀਆਂ ਤਾਂ ਆਪਾਂ ਸਿਟੀ ਨਹੀਂ ਕਰ ਸਕਦੇ ਨਾ ਆਪਾਂ ਬਿਲਕੁਲ ਨਹੀਂ ਉਹ ਅਲਾਊਡ ਨਹੀਂ ਆਪਾਂ ਉਹਨਾਂ ਦੀ ਯਾਨੀ ਜੋ ਉਹਨਾਂ ਦੇ ਹੈਗੀਆਂ ਹਦਾਇਤਾਂ ਉਹਨਾਂ ਦੀਆਂ ਜੋ ਉਹਨਾਂ ਦੇ ਅਕੋਮੋਡੇਸ਼ਨ ਹੈਗੀਆਂ ਅਨਮੋਲ ਬਾਬਾ ਜੀ ਦੁਆਰਾ ਲਗਾਇਆ ਗਿਆ ਬੂਟਾ ਅਮਰੀਕ ਸਿੰਘ ਜੀ ਦੁਆਰਾ ਜਿਨ੍ਹਾਂ ਨੇ ਅੱਜ ਬਠਿੰਡਾ ਹੀ ਨਹੀਂ ਬਲਕਿ ਸਾਰੇ ਹਿੰਦੁਸਤਾਨ ਦੇ ਵਿੱਚ ਨਾਮ ਜਿਹੜਾ ਹੈਗਾ ਅਮਰੀਕ ਢਾਬੇ ਦਾ ਉਹਨਾਂ ਨੇ ਕਾਮਯਾਬ ਕੀਤਾ ਬਾਹਰ ਵੀ ਜਿਹੜੇ ਲੋਕ ਜਾਂਦੇ ਆ ਉੱਧਰੋਂ ਵੀ ਉਹ ਲੋਕ ਜਿਹੜੇ ਹੈਗੇ ਗੱਲਾਂ ਕਰਦੇ ਆ ਕਿ ਅਮਰੀਕਾ ਲੈਣ 'ਤੇ ਜਾਓ ਉਹ ਜੇ ਪਰੌਂਠੇ ਉਹੋ ਜਿਹੇ ਜਿਹੜੇ ਰਵਾਇਤੇ ਆ ਉਹ ਨਹੀਂ ਮਿਲਣੇ ਅਤੇ ਹੁਣ ਤੁਸੀਂ ਇੱਥੇ ਸੁਪਰ ਸਪੈਸ਼ਲਿਟੀ ਜਿਹੜਾ ਹੈਗਾ ਇਸ ਬੀਬੀ ਵਾਲਾ ਰੋਡ 'ਤੇ ਖੋਲ੍ਹਿਆ ਹੈਗਾ ਜਿਹਦੇ ਵਿੱਚ ਹੋਰ ਨਵੀਆਂ ਚੀਜ਼ਾਂ ਇੰਟਰੋਡਿਊਸ ਕੀਤੀਆਂ ਕੀ ਕਹਿਣਾ ਚਾਹੋਗੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਰਪ੍ਰੀਤ ਸਿੰਘ ਅਮਰੀਕ ਢਾਬੇ ਤੋਂ ਬੋਲ ਰਿਹਾ ਹਾਂ ਸਰਦਾਰ ਅਮਰੀਕ ਸਿੰਘ ਜੀ ਦਾ ਪੋਤਾ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਕਿ ਮੇਰੇ ਦਾਦਾ ਜੀ ਦੁਆਰਾ ਚਲਾਇਆ ਗਿਆ ਮਿਕਸ ਪਰੌਂਠਾ ਅਤੇ ਰਾਇਤਾ ਅੱਜ ਵੀ ਪੰਜਾਬ ਫੇਮਸ ਹੈ ਪੂਰੇ ਪੰਜਾਬ ਵਿੱਚ ਸਾਰੇ ਗ੍ਰਾਹਕ ਆ ਕੇ ਸਾਡੇ ਤੋਂ ਮਿਕਸ ਪਰੌਂਠਾ ਅਤੇ ਰਾਇਤਾ ਖਾ ਕੇ ਜਾਂਦੇ ਹਨ ਅਤੇ ਉਸੇ ਚੀਜ਼ ਨੂੰ ਮੈਂ ਅੱਗੇ ਵਧਾਉਂਦੇ ਹੋਏ ਮੈਂ 3-4 ਹੋਰ ਸਬਜ਼ੀਆਂ ਨਵੀਆਂ ਐਡ ਕੀਤੀਆਂ ਹਨ ਇਸ ਦੇ ਵਿੱਚ ਜਿਵੇਂ ਕਿ ਰਾੜਾ ਪਨੀਰ ਹੋ ਗਿਆ ਲਵਾਬਦਾਰ ਪਨੀਰ ਹੋ ਗਿਆ ਅਤੇ ਲਾਜਵਾਬ ਪਨੀਰ ਹੋ ਗਿਆ ਇਹ ਸਾਡੀ ਇੱਥੇ ਦੀ ਸਪੈਸ਼ਲਿਟੀ ਹੈ ਅਤੇ ਉੱਤੋਂ ਸਾਡਾ ਕੜਾਹੀ ਪਨੀਰ ਹੋ ਗਿਆ ਗਾ ਇਹ ਚੀਜ਼ਾਂ ਸਾਡੀਆਂ ਜੋ ਵੀ ਗਾਹਕ ਆਉਂਦਾ ਹੈ ਬਹੁਤ ਖੁਸ਼ ਹੋ ਕੇ ਖਾ ਕੇ ਜਾਂਦਾ ਹੈ ਅਤੇ ਇਸ ਨੂੰ ਪੈਕ ਵੀ ਕਰਵਾ ਕੇ ਜਾਂਦਾ ਕੋਵਿਡ-19 ਦਾ ਐਪੀਡੈਮਿਕ ਚੱਲ ਰਿਹਾ ਔਰ ਤੁਸੀਂ ਹੋਮ ਡਿਲੀਵਰੀਆਂ ਦੇ ਰਹੇ ਹੋ ਟੇਕ ਅਵੇ ਵਾਲਾ ਜਿਹੜਾ ਹੈਗਾ ਸਿਸਟਮ ਚੱਲ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਹਾਂਜੀ ਜਿਸ ਹਿਸਾਬ ਨਾਲ ਆਪਣੀ ਸਰਕਾਰ ਨੇ ਹਦਾਇਤਾਂ ਦਿੱਤੀਆਂ ਹਨ ਉਸ ਹਿਸਾਬ ਨਾਲ ਅਸੀਂ ਸਿਰਫ ਟੇਕ ਅਵੇ ਅਤੇ ਹੋਮ ਡਿਲੀਵਰੀ ਦੇ ਰਹੇ ਹਾਂ ਅਤੇ ਅਸੀਂ ਕੋਈ ਵੀ ਟੇਬਲ 'ਤੇ ਬਿਠਾ ਕੇ ਖਾਣਾ ਨਹੀਂ ਖਵਾ ਰਹੇ ਅਤੇ ਇਸ ਦੇ ਲਈ ਕਈ ਵਾਰੀ ਆਪਣੇ ਨਾਲ ਗ੍ਰਾਹਕ ਆ ਵੀ ਜਾਂਦਾ ਹੈ ਅਤੇ ਆਪਾਂ ਨੂੰ ਕਹਿ ਵੀ ਦਿੰਦਾ ਹੈ ਕਿ ਹਾਂਜੀ ਅਸੀਂ ਖਾਣਾ ਹੈ ਅਸੀਂ ਉਹਨਾਂ ਨੂੰ ਸਾਫ਼ ਮਨਾ ਕਰ ਦਿੰਦੇ ਹਾਂ ਕਿ ਨਹੀਂ ਅਸੀਂ ਇਹ ਨਹੀਂ ਖਵਾ ਸਕਦੇ ਵੀ ਜੀ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਸੈਨੇਟਾਈਜੇਸ਼ਨ ਪੂਰੀ ਵਧੀਆ ਤਰੀਕੇ ਨਾਲ ਬਾਹਰ ਵੀ ਸੈਨੇਟਾਈਜ਼ਰ ਜਿਹੜਾ ਪਿਆ ਹੋਇਆ ਜਿਹੜਾ ਬੰਦਾ ਆਉਂਦਾ ਹੱਥ ਸਾਫ਼ ਕਰਕੇ ਜਿਹੜਾ ਟੇਕ ਅਵੇ ਲਈ ਵੀ ਆਉਂਦਾ ਉਹਦਾ ਵੀ ਤੁਸੀਂ ਬੜੇ ਪ੍ਰਿਕੋਸ਼ਨ ਰੱਖ ਰਹੇ ਹਾਂਜੀ ਹਾਂਜੀ ਸਾਰੇ ਸਟਾਫ ਦੇ ਮਾਸਕ ਪਾਏ ਹੋਣੇ ਚਾਹੀਦੇ ਹਨ ਸੈਨੇਟਾਈਜ਼ ਕੀਤੇ ਹੋਣੇ ਚਾਹੀਦੇ ਹਨ ਹਾਈਜੀਨ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਹਨ ਤਾਂ ਕਰਕੇ ਕਿ ਕੋਵਿਡ ਅੱਗੇ ਨਾ ਫੈਲੇ ਵੀਰ ਜੀ ਬਜ਼ੁਰਗਾਂ ਦੁਆਰਾ ਲਗਾਇਆ ਗਿਆ ਬੂਟਾ ਜਿਹੜਾ ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਾ ਹੈ ਪਰ ਦੋਨੇ ਪਾਸੇ ਜਿਹੜੀ ਹੈਗੀ ਆ ਤੁਹਾਡੀਆਂ ਸੇਵਾਵਾਂ ਹੋ ਰਹੀਆਂ ਕੀ ਕਹਿਣਾ ਅੱਛਾ ਇਹ ਆਪਾਂ ਉਹਨਾਂ ਦਾ ਆਸ਼ੀਰਵਾਦ ਹੀ ਸਮਝਾਂਗੇ ਜੋ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਅਤੇ ਜਿਸ ਹਿਸਾਬ ਨਾਲ ਉਹ ਕਹਿ ਕੇ ਗਏ ਸੀ ਉਸੇ ਹਿਸਾਬ ਨਾਲ ਅਸੀਂ ਚੱਲੀ ਜਾਂਦੇ ਹਾਂ ਅਤੇ ਉਹਨਾਂ ਦੇ ਫੋਰਨੇ ਪਾਈ ਜਾਂਦੇ ਹੈਗੇ ਵੀ ਉਹ ਨਹੀਂ ਆਪਾਂ ਕਾਰੋਬਾਰ ਕਰੀ ਜਾਂਦੇ ਹੈਗੇ ਉਹਨਾਂ ਦਾ ਇਹੀ ਲਗਾਵ ਸੀਗਾ ਬਸ ਵੀ ਗਾਹਕ ਨਿਕਾਜ ਹੋ ਕੇ ਨਾ ਜਾ ਕੇ ਕਿਸੇ ਤਰ੍ਹਾਂ ਦਾ ਬਸ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹੈਗੇ ਸਾਨੂੰ ਬਹੁਤ ਬਹੁਤ ਸੁਹਾਗੇ ਗਏ ਬਹੁਤ ਕੁਛ ਦੇ ਕੇ ਗਏ ਹੈਗੇ ਬਸ ਇੰਨਾ ਹੀ ਕਹਿਣਾ ਚਾਹਾਂਗਾ ਇੱਥੋਂ ਦਾ ਖਾਣਾ ਬੜਾ ਹਾਈਜੀਨਿਕ ਹੈ ਅਤੇ ਇੱਥੋਂ ਦੀਆਂ ਫੈਸਿਲਿਟੀਜ਼ ਵੀ ਅੱਛੀਆਂ ਨੇ ਅਤੇ ਡਿਲੀਵਰੀ ਵੀ ਬੜੀ ਫਾਸਟ ਦਿੱਤੀ ਜਾਂਦੀ ਆ ਮੈਂ ਸਭ ਨੂੰ ਇਹ ਸੁਜੈਸਟ ਕਰਦੀ ਕਿ ਤੁਸੀਂ ਇੱਕ ਵਾਰੀ ਇਸ ਢਾਬੇ 'ਤੇ ਜ਼ਰੂਰ ਵਿਜ਼ਿਟ ਕਰੋ ਥੈਂਕ ਯ